ਤਾਂ ਮਿਲੀ ਮੈਨੂੰ ਇੱਕ ਭੈਣ ਵਿਚਾਰੀ ਜਿਹੜੀ ਮਾਪਿਆਂ ਦੇ ਘਰ ਬਹਿ ਗਈ ਪਤੀ ਚਿੱਟੇ ਨਾਲ ਮਰ ਗਿਆ ਵੀਰਾ ਵੇ ਮੇਰੀ ਜਾਨ ਦੁੱਖਾਂ ਵਿੱਚ ਪੈ ਗਈ ਗੋਦੀ ਦੇ ਵਿੱਚ ਦੋ ਬੱਚੀਆਂ ਹੁਣ ਸਿਰ ਤੇ ਛਾਂ ਨਾ ਰਹਿ ਗਈ ਕਿਵੇਂ ਪੜਾਉਂ ਕਿਵੇਂ ਮੈਂ ਪੜੂੰ ਬਿਪਤਾ ਮੈਨੂੰ ਪੈ ਗਈ ਬੁੱਢੇ ਮਾਪੇ ਲੁੱਕ ਲੁੱਕ ਰੋਂਦੇ ਮੈਂ ਜਦ ਹੁਣ ਚਿੱਟੀ ਚੁੰਨੀ ਲੈ ਲਈ ਸੂਹੇ ਰੰਗ ਦਾ ਸ਼ੌਕ ਸੀ ਮੈਨੂੰ ਤੇ ਮੇਰੀ ਰੀਝ ਵਿਚਾਲੇ ਰਹਿ ਗਈ ਰੱਬਾ ਕਿਸੇ ਦੀ ਧੀ ਨਾ ਉਗੜੇ ਉਹ ਰੋਂਦੀ ਰੋਂਦੀ ਕਹਿ ਗਈ ਜਲਾਲਪੁਰੀ ਵੀਰਾ ਮੇਰਾ ਸੁਨੇਹਾ ਇਹ ਪਹੁੰਚਾ ਦਿਓ ਵੋਟ ਪਾ ਕੇ ਝਾੜੂ ਨੂੰ ਪੰਜਾਬ ਨੂੰ ਬਚਾ ਦਿਓ ਵੋਟ ਪਾ ਕੇ ਝਾੜੂ ਨੂੰ ਪੰਜਾਬ ਨੂੰ ਬਚਾ ਦਿਓ ਸਾਡਾ ਸਮਾਜ ਜਿਹੜਾ ਹੈਗਾ ਦੇਖ ਲਓ ਇਹ ਰਵਾਇਤੀ ਪਾਰਟੀਆਂ ਕਦੀ ਕਿਸੇ ਦੇ ਨਾਲ ਸਮਝੌਤਾ ਕਰ ਲੈਂਦੀਆਂ ਕਦੀ ਕਿਸੇ ਦੇ ਨਾਲ ਸਮਝੌਤਾ ਕਰ ਲੈਂਦੀਆਂ ਜਿੱਦਾਂ ਹੁਣ ਅਕਾਲੀ ਦਲ ਨੇ BSP ਦੇ ਨਾਲ ਸਮਝੌਤਾ ਕੀਤਾ ਸਮਾਜ ਸਾਡਾ ਜਿਹੜਾ ਗੁੰਮਰਾਹ ਹੋ ਜਾਂਦਾ ਹੈਗਾ ਸੋ ਮੈਂ ਆਪਣੇ ਸਮਾਜ ਨੂੰ ਬੇਨਤੀ ਕਰਦਾ ਹੈਗਾ ਕਿ ਆਪਾਂ ਗੁੰਮਰਾਹ ਨਾ ਹੋਈਏ ਆਟਾ ਦਾਣਾ ਸਮੀਲ ਨਾਲੀਆਂ ਦੇ ਚੱਕਰ 'ਚ ਨਾ ਰਹੀਏ ਆਪਾਂ ਘਰ ਘਰ ਨੌਕਰੀ ਦਾ ਜੋ ਇਹਨਾਂ ਨੇ ਵਾਅਦਾ ਕੀਤਾ ਇਹਨਾਂ ਨੂੰ ਪੁੱਛੀਏ ਜਦੋਂ ਆਉਣਗੇ ਸੋ ਮੈਂ ਹੁਣ ਬੇਨਤੀ ਕਰਾਂ ਕਿ ਸਾਡੇ ਜਿਹੜੇ ਅੱਜ ਦੇ ਮੁੱਖ ਮਹਿਮਾਨ ਨੇ DCP ਸਰਦਾਰ ਬਲਕਾਰ ਸਿੰਘ ਜੀ ਬਹੁਤ ਹੀ ਸਤਿਕਾਰਯੋਗ ਜਲਾਲਪੁਰੀ ਜੀ ਜੋ ਸਾਡੇ SC ਵਿੱਚ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਔਰ ਸਾਡੇ ਭੈਣ ਜੀ ਸੀਮਾ ਜੀ ਬਡਾਲਾ ਤੋਂ ਜੋ ਲੇਡੀ ਵਿੰਗ ਦੇ ਪ੍ਰੈਜ਼ੀਡੈਂਟ ਹੈ ਸ਼ਾਂਤੀ ਸੂਪ ਜੀ ਜਸਵੀਰ ਜੀ ਗੁਰਿੰਦਰ ਜੀ ਪਰਮੇਸ਼ ਲੱਦਰ ਜੀ ਵੇਦ ਪ੍ਰਕਾਸ਼ ਜੀ ਦਰੇਸ਼ ਜੀ ਤਰਸੇਮ ਕੌਰ ਜੀ ਬਲਦੇਵ ਸੋਤਾ ਜੀ ਬੌਬੀ ਜੀ ਜੋਸ਼ੀ ਜੀ ਦਿੱਲੀ ਦੇ ਅੰਦਰ ਸਾਡੇ ਅਰਵਿੰਦ ਕੇਜਰੀਵਾਲ ਜੀ ਜੋ ਸਾਡੇ ਨੈਸ਼ਨਲ ਕਨਵੀਨਰ ਹੈ ਔਰ ਦਿੱਲੀ ਦੇ ਮੁੱਖ ਮੰਤਰੀ ਆ ਉਹਨਾਂ ਦੀਆਂ ਪਾਲਿਸੀਜ਼ ਉਹਨਾਂ ਦੀ ਅੱਛੀ ਗਵਰਨੈਂਸ ਕਰਕੇ ਤੁਸੀਂ ਦੇਖੀ ਹੈ ਉਸੇ ਸਕੂਲ ਦੇ ਵਿੱਚ ਗਰੀਬ ਦਾ ਬੱਚਾ ਪੜ੍ਹਦਾ ਉਸੇ ਹੀ ਅਮੀਰ ਦਾ ਬੱਚਾ ਪੜ੍ਹਦਾ ਲੇਕਿਨ ਉੱਥੋਂ ਦਾ ਸਿਸਟਮ ਅਤੇ ਪੰਜਾਬ ਦਾ ਸਿਸਟਮ ਹਰ ਜਗ੍ਹਾ ਦੇਖੀ ਹੈ ਜੇ ਸਾਡੇ ਲੀਡਰ ਸਾਹਿਬਾਨ ਜਾਂ ਸਾਡੀ ਸਰਕਾਰ ਜਿਹੜੀ ਬਣਦੀ ਜੇ ਚਾਹੁਣ ਤਾਂ ਸਾਰਾ ਕੁਝ ਹੋ ਸਕਦਾ ਸੋ ਇਸ ਕਰਕੇ ਵੀਰੋ ਅੱਜ ਆਪਾਂ ਇੱਕ ਤਹੀਆ ਕਰੀਏ ਆਪਾਂ ਸਾਰੇ ਆਮ ਆਦਮੀ ਦੇ ਵਰਕਰਸ ਇੱਕ ਦੂਜੇ ਨੂੰ ਜੋੜ ਰਹੇ ਹਾਂ ਕਿਉਂਕਿ ਸਰਕਾਰਾਂ ਦੇ ਅੰਦਰ ਕੀ ਹੁੰਦਾ ਹੈ 5 ਸਾਲ ਪੰਜਾਬ ਦੇ ਅੰਦਰ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ ਕਦੀ ਕਾਂਗਰਸ ਆਉਂਦੀ ਹੈ ਕਦੀ ਅਕਾਲੀ ਦਲ ਆਉਂਦਾ ਹੈ ਪਰ ਅਲਟੀਮੇਟਲੀ ਹੱਲ ਕੀ ਹੁੰਦਾ ਹੈ ਹੱਲ ਕੁਝ ਨਹੀਂ ਹੁੰਦਾ 2017 ਦੇ ਵਿੱਚ ਗੌਰਮੈਂਟ ਬਣੀ ਸੀ ਉਸ ਟਾਈਮ 'ਤੇ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਹਰ ਘਰ ਘਰ ਨੌਕਰੀ ਦੇਵਾਂਗੇ ਪਰ ਕਿਸੇ ਨੇ ਕੋਈ ਘਰ ਘਰ ਨੂੰ ਨੌਕਰੀ ਨਹੀਂ ਦਿੱਤੀ ਅੱਜ ਉਹਨਾਂ ਵਿਧਾਇਕਾਂ ਨੇ ਉਹਨਾਂ MLAs ਦੇ ਜਿਹੜੇ ਆ ਬੱਚੇ ਆ ਉਹ ਨੌਕਰੀਆਂ ਦੇ ਲੱਗ ਰਹੇ ਆ ਪਰ ਸਾਡੀ ਜਿਹੜੀ ਯੂਥ ਹੈ ਉਹ ਫਿਰ ਵੀ ਜਿਹੜੀ ਬੇਰੁਜ਼ਗਾਰ ਫਿਰ ਰਹੀ ਹੈਗੇ ਆ ਦੇਸ਼ ਦੇ ਅੰਦਰ 3 ਕਾਲੇ ਕਾਨੂੰਨ ਲਿਆਉਂਦੇ ਆ ਜੋ ਕਿਸਾਨੀ ਵਾਸਤੇ ਡੈਮੇਜਿੰਗ ਆ ਜਿੱਥੋਂ ਤੱਕ ਦਲਿਤ ਕਮਿਊਨਿਟੀ ਦਾ ਮਸਲਾ ਹੈਗਾ ਪੰਜਾਬ ਦੇ ਅੰਦਰ ਦਲਿਤ ਕਮਿਊਨਿਟੀ ਇਹਨਾਂ ਦੇ ਵਾਸਤੇ ਪੰਜਾਬ ਦੇ ਅੰਦਰ ਕੋਈ ਨੌਕਰੀ ਨਹੀਂ ਹੈਗੀ ਕਾਂਗਰਸ ਦੀ ਗਵਰਨਮੈਂਟ ਨੇ ਜਿਹੜੀ ਹਿੱਲੀ ਹੋਈ ਆ ਉਹਨਾਂ ਦੇ 2 ਗਰੁੱਪਸ ਬਣੇ ਹੋਏ ਆ ਉਹ ਆਪਣੀ ਕੁਰਸੀ ਬਚਾਉਣ ਦੀ ਖਾਤਰ ਆਪਣੇ ਵਿਧਾਇਕਾਂ ਨੂੰ ਕੁਛ ਕਰਨ ਦੀ ਖਾਤਰ ਆਪਣੇ ਵਿਧਾਇਕਾਂ ਨੂੰ ਨਾਲ ਲਾਉਣ ਦੀ ਖਾਤਰ ਉਹਨਾਂ ਨੂੰ ਇਹ ਨੌਕਰੀ ਦੇ ਰਹੇ ਜੋ ਉਹਨਾਂ ਦੇ ਪਰਸਨਲ ਬੰਦੇ ਹੈਗੇ ਆ ਜਿਹੜੇ ਪਹਿਲਾਂ ਹੀ ਅਮੀਰ ਕਰੋੜਾਬੰਦੀ ਬੰਦੇ ਆ ਉਹਨਾਂ ਨੂੰ ਨੌਕਰੀ ਦੇ ਰਹੇ ਆ ਸਾਰੇ ਇਹ ਆਪਣਾ ਪ੍ਰਣ ਕਰੀਏ ਕਿ 2022 ਦਾ ਮਿਸ਼ਨ ਜਿਹੜਾ ਇਹਨੂੰ ਕੰਪਲੀਟ ਕਰਕੇ ਆਪਾਂ ਆਪਣੀ ਸਰਕਾਰ ਬਣਾਈਏ ਔਰ ਘਰ ਘਰ ਇਸ ਆਵਾਜ਼ ਨੂੰ ਦਈਏ ਬਹੁਤ ਸਾਰਾ ਸਾਰਿਆਂ ਦਾ ਧੰਨਵਾਦ ਔਰ ਬਹੁਤ ਦੂਰੋਂ ਦੂਰੋਂ ਤੁਸੀਂ ਪਿੰਡਾਂ ਤੋਂ ਆਏ ਜੋ ਮੈਂ ਤੁਹਾਡਾ ਸਾਰਿਆਂ ਦਾ ਫਿਰ ਦੁਬਾਰਾ ਰਿਣੀ ਆ ਉਸ ਸਵਾਲ ਕਰਦਾ ਧੰਨਵਾਦ ਹੁਣ ਜਿਹੜੀ ਸਾਡੀ ਅਗਲੀ ਕਾਰਵਾਈ ਹੈਗੀ ਆ ਉਹ ਪਾਰਟੀ 'ਚ ਨਵੀਂ ਜੁਆਇਨਿੰਗ ਹੋਈ ਹੈਗੀ ਆ ਸੋ ਮੈਂ ਬੇਨਤੀ ਕਰਾਂ ਆ ਜਾਓ ਜੀ ਲਾਗੇ ਸਨਮਾਨਿਤ ਕਰਾਂਗੇ ਜੀ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਸਰਦਾਰ ਭਗਤ ਸਿੰਘ ਮਾਨ ਸੀਮਾ ਮੈਡਮ ਦੀ ਜਿਹੜੇ ਇਸਤਰੀ ਬਿੱਲ ਦੇ ਜਿਹੜੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ ਸੋ ਉਹਨਾਂ ਨੂੰ ਵੀ ਸਨਮਾਨਿਤ ਕਰਨ ਜਾ ਰਹੇ ਹਾਂ ਜਸਵੀਰ ਜਲਾਲਪੁਰੀ ਜੀ SC ਬੈਂਕ ਦੇ ਸਾਡੇ ਜ਼ਿਲ੍ਹੇ ਦੇ ਜਿਹੜੇ ਪ੍ਰਧਾਨ ਨੇ ਸੋ ਉਹਨਾਂ ਨੂੰ ਵੀ ਜਿਹੜੇ ਸਾਡਾ ਨਕੋਦਰ ਟੀਮ ਜਿਹੜੀ ਆ ਵਿਧਾਨਸਭਾ ਅਧਿਕਾਰੀ ਦੀ ਸਨਮਾਨ ਕਰਨ ਜਾ ਰਹੇ ਨੇ ਧੰਨਵਾਦ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ